ਤੁਹਾਡੀ ਆਪਣੀ ਭਾਸ਼ਾ ਪੰਜਾਬੀ ਦੇ ਵਿੱਚ ਵਧੀਆ ਵਧੀਆ ਵੀਡੀਓਜ਼ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈੱਲ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰਨਾ ਤਾਂ ਜੋ ਸਾਡੀਆਂ ਲੇਟੈਸਟ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚਦੀਆਂ ਰਹਿਣ। ਮੈਂ ਤਾਂ ਖੇਤ ਜਾਣਾ ਸੀ ਗੇੜਾ ਮਾਰਨ, ਚੱਲ ਹੁਣ ਆ ਗਿਆ, ਰੋਟੀ ਖਾਏ ਲੈਣਾ। ਉਹ ਬੋਲਦੀ ਨੀ, ਕਿੱਥੇ ਮਰ ਗਈ, ਲਿਆ ਰੋਟੀ ਖਵਾ ਦੇ। ਮੈਂ ਤਾਂ ਪਹਿਲਾਂ ਪੰਗਾ ਹੋ ਗਿਆ ਖੇਤ ਨੂੰ ਜਾਣਾ ਸੀ, ਘਰੇ ਆ ਬੜਿਆ। ਮੈਂ ਕਿੱਥੇ ਮਰਨਾ, ਰੋਟੀ ਨੂੰ ਤਾਂ ਹਜੇ ਟਾਈਮ ਲੱਗੂਗਾ, ਕੱਲ ਤਾਂ ਲਿਪਿਆ ਹਲੇ ਗਿੱਲਾ ਪਿਆ। ਮੈਂ ਬਾਹਰਲੇ ਚੁੱਲ੍ਹੇ ਤੇ ਲਾਨੀ ਆ ਰੋਟੀ। ਉਹ ਹੁਣ ਕਿੱਥੇ ਸੁੱਕੂ ਭਣੋਤ ਰਿਹਾ, ਇਹ ਮੌਸਮ ਦਾ ਪਹਿਲੀ ਸਿੱਲਾ ਚੱਲੀ ਜਾਂਦਾ। ਠੰਡੇ ਲਓ ਮਾੜਾ ਜਿਹਾ, ਬਣਾ ਕੇ ਦੇ ਦਿੰਦੀ ਆ ਤੁਹਾਨੂੰ ਰੋਟੀ, ਤੁਸੀਂ ਬੈਠ ਜਾਓ। ਤੁਹਾਡੀ ਸਾਲੀ ਨੇ ਤੁਹਾਡੇ ਲਈ ਇੱਕ ਚੀਜ਼ ਭੇਜੀ ਆ, ਪਹਿਲਾਂ ਉਹ ਦੇਖ ਲਓ। ਪਤਾ ਨੀ ਕੀ ਸ਼ਾਇਦ ਭੇਜੀ ਹੋਈ ਮੇਰੇ ਸਾਲੀ ਦੀ ਨੇ, ਰੀਬਨ ਤੇ ਤਾਂ 100-100 ਰੁਪਏ ਪਿੱਛੇ ਲੜੀ ਜਾਂਦੀਆਂ ਨੇ। ਚੱਲ ਦੇਖਦੇ ਆ ਕੀ ਭੇਜਿਆ। ਤੁਹਾਡੀ ਸਾਲੀ ਨੇ ਤੁਹਾਡੇ ਲਈ ਭੇਜਿਆ ਵਾ। ਉਹ ਮੈਂ ਨੀ ਕਦੇ ਕੁੜਤੇ ਕਰਤੇ ਪਜਾਮੇ ਪਾਏ, ਮੈਨੂੰ ਨੀ ਪਸੰਦ ਹੈ। ਤੁਹਾਨੂੰ ਮੇਰੇ ਪੇਕਿਆਂ ਦੀ ਚੀਜ਼ ਕੋਈ ਪਸੰਦ ਆਉਂਦੀ ਵੀ ਆ ਜਾਂ ਨਹੀਂ? ਆ ਤੈਨੂੰ ਤੇਰੇ ਪੇਕਿਆਂ ਦੀ ਪਸੰਦ ਕਰਕੇ ਲਿਆਂਦਾ ਸੀ, ਉਹੀ ਮਾੜੀ ਮਾੜੀ ਗੱਲ ਤੇ ਆਕੜ ਗਿਆ ਮੇਰੇ ਸਾਲੇ ਦੀ। ਪਰ ਆਹੋ ਉੱਪਰੇ ਬਹਿ ਗਈ, ਪਾ ਲੈਣਾ। ਚਾਦਰੇ ਚ ਬਾਹਰ ਵੀ ਨਿਕਲਿਆ, ਮੈਂ ਤਾਂ ਚਾਦਰਿਆਂ ਚ ਲੁੱਟਤੀ, ਆਹ ਤੇਰੇ ਕਹਿ ਤੋਂ ਅੱਜ ਅੱਜ ਪਾ ਲਿਆ, ਅੱਜ ਤੋਂ ਬਾਅਦ ਨਾ ਕਹਿ। ਕਹਿੰਦੀ ਸਾਲੀ ਨੇ ਭੇਜਿਆ ਕੁੜਤਾ ਪਜਾਮਾ, ਤਾਂ ਐਂ ਪਵਾ ਤਾ ਜਿਵੇਂ ਧਰਮਿੰਦਰ ਹੁੰਦਾ। ਮੈਨੂੰ ਇਹਦੇ ਬਾਰੇ ਕੁਛ ਪਤਾ ਨੀ, ਵਾਸਤਾ ਨੀ। ਉਹ ਲੈ ਪਹਿਲਾਂ ਵਿਸ਼ਾਲ ਕਰ ਲਈਏ ਮੇਰੇ ਯਾਰ, ਉਹ ਆ ਨਵਾਂ ਸਿਆਪਾ ਕਿੱਥੋਂ ਪਾਦਾ, ਕਿੱਥੋਂ ਖੁੱਲੂ ਇਹ, ਖੁੱਲ ਜਾ ਪਤੰਦਰਾ, ਇੰਨੇ ਮੇਰਾ ਕੋਈ ਨਾਲੀ ਪਾਟ ਜੂ। ਓਏ ਰੱਬਾ, ਆਹੀ ਜੀ ਜਨਾਨੀ ਵੀ ਨਾ ਹੋਵੇ। ਓਏ ਆ ਕਰਤੀ ਸਾਲੀਆਂ ਨੇ ਚਹੇੜ ਮੇਰੇ ਨਾਲ, ਮੈਨੂੰ ਲੱਗਦਾ ਮੈਨੂੰ ਪਤਾ ਸੀ ਸਹੁਰੇ ਵਾਲੇ ਤੋਹਫੇ ਤੂਫੇ ਤਾਂ ਇਹੋ ਜਿਹੇ ਹੁੰਦੇ ਨੇ। ਇਹ ਤਾਂ ਗਲਤ ਹੋ ਗਿਆ ਕੰਮ ਸਾਲੀ ਸੀ, ਇਹਦਾ ਸਾਲਾ ਵੱਢਣਾ ਪੂ ਨਹੀਂ, ਮੈਂ ਤਾਂ ਮਰ ਜੂ। ਵੱਢਣਾ ਹੀ ਪੂ, ਅੱਜ ਤਾਂ ਪਤਾ ਨੀ ਕਿਹੜੇ ਜਨਮਾਂ ਦਾ ਬਦਲ ਲੈਂਦੀ ਆ ਉਹ ਜਨਾਨੀ ਮੇਰੇ ਤੋਂ। ਬਚ ਗਈ ਉਹ ਜਾਨ, ਇਹਨੂੰ ਲਾ ਉਹ ਸਿਆਪੇ ਨੂੰ, ਉਹ ਆਦੇ ਕੁੜਤਾ ਪਜਾਮਾ ਕਹਿੰਦੀ ਸਾਲੀ ਨੇ ਭੇਜਿਆ, ਮਰਵਾਤਾ ਦੀ ਜੱਟ ਅੱਜ। ਮੈਂ ਤਾਂ ਨੀ ਪਾਉਂਦਾ, ਇੱਕ ਦੋ ਤਿੰਨ ਮਾਰਦਾ ਮੱਥੇ ਜਾ ਕੇ ਹਜੇ ਕੁੜਤਾ ਪਜਾਮਾ। ਮੈਨੂੰ ਤਾਂ ਪਤਾ ਨੀ ਕਿਹੜੇ ਹੁੰਦੇ ਸਾਲੀਆਂ ਸੂਲੀਆਂ ਦੇ ਤੋਹਫੇ, ਆ ਚੱਕਣੀ ਮਰਵਾਤਾ ਦੀ ਉੱਥੇ ਮੈਨੂੰ ਕੀ ਹੋ ਗਿਆ ਹੁਣ? ਹਾਂ ਜੇ ਨਾ ਇਹਦਾ ਨਾਲਾ ਵੱਢਦਾ ਮੇਰੀ ਤਾਂ ਨਾਲੀ ਪਾਟ ਜਾਂਦੀ ਅੱਜ। ਜਾਓ ਜਾ ਕੇ ਪਾ ਲਓ ਆਪਣੇ ਚਾਦਰੇ, ਵਿਆਹ ਤੋਂ ਬਾਅਦ ਵੀ ਨੀ ਮੇਰੇ ਸਾਲੀਆਂ ਹਟਦੀਆਂ ਮਜ਼ਾਕ ਕਰਨ, ਕਾਹਦੀਆਂ ਸਾਲੀਆਂ ਨਹੀਂ ਆ। ਦਰਖਤ ਜੀ ਵੱਢਣੇ ਪੈਣਗੇ, ਮਾਰ ਵਾਲੀ ਕਰਦੇ ਨੇ ਮੇਰੇ ਸਾਲੀ ਨੂੰ। ਤੈਨੂੰ ਦੇਖਦਾ ਨੀ ਕੀ ਕਰਦਾ, ਪੁੱਠਾ ਕਾਹਨੂੰ ਪੈਂਦਾ ਯਾਰ। ਹਾਂ ਸਾਰੀ ਦਿਹਾੜੀ ਇੱਥੇ ਮਰੀ ਜਾਓਗੇ ਫਿਰ।
ਪੜਨ ਲਾਇਆ ਤੁਸੀਂ ਕਿੱਥੇ ਲੱਗ ਜਾਓ ਕੰਜੋ ਪੜ ਕੇ ਕੋਈ ਯਾਰ ਕੀ ਆ ਤੁਹਾਡੇ ਬੁੜੇ ਦਾ ਕਿਵੇਂ ਦਾ ਕਿਵੇਂ ਦਾ ਸੁਭਾਅ ਆ ਯਾਰ ਇੱਕ ਮੋਟਰਸਾਈਕਲ ਨਹੀਂ ਦੇ ਸਕਦਾ ਤੈਨੂੰ ਯਾਰ ਉਹ ਫਿਰ ਸੋਡਲ ਦਾ ਵੀ ਤਾਂ ਅੰਦਰ ਖੜਾ ਉਹ ਕੱਢ ਲੈ ਯਾਰ ਤੁਸੀਂ ਸੋਡਲ ਦਾ ਵਧੀਆ ਸੁਭਾਅ ਬੁੜੇ ਦਾ ਉਹ ਕੱਢ ਲੈ ਜਾ ਇਹਦਾ ਬੜਾ ਗੰਦ ਹੈ ਬੜਾ ਜ਼ਿਆਦਾ ਮੈਨੂੰ ਐਂ ਲੱਗਦਾ ਵੀ 2 ਦਾ ਟਾਈਮ ਹੋ ਗਿਆ ਚਾਹ ਬੰਨੀ ਵੀ ਸਰੀਰ ਟੁੱਟੀ ਜਾਂਦਾ ਵਧੇਸੇ ਕੋਲੇ ਜਾ ਕੇ ਬਣਾਉਣਾ ਚਾਹ ਉਹ ਸੱਚ ਹਾਂ ਸਾਲੀ ਨੇ ਗੁਲਗੁਲੇ ਭੇਜੇ ਸੀ ਅੱਜ ਇਕੱਲੇ ਨੂੰ ਤਾਂ ਸਵਾਦ ਵੀ ਨਹੀਂ ਲੱਗਣੇ ਯਾਰ ਉੱਥੇ ਜਾ ਕਰਦੇ ਚਾਹ ਵਧੇਸੇ ਕੋਲੇ ਉਹ ਵਧੇਸਿਆ ਓਏ ਮੈਨੂੰ ਐਂ ਲੱਗਦਾ ਰੋਟੀ ਖਾ ਲਈ ਹੋਣਾ ਆਉਣਾ ਹੁਣੇ ਨਿਬੜਿਆ ਬਸ ਮੈਂ ਮੁੜ ਜਾ ਬਹਿ ਜਾ ਮੇਰੇ ਨਾਲ ਕਾਹਤੋਂ ਮੁੜਦਾ ਉਹ ਦੇਖ ਤੇਰੀ ਭਰਜਾਈ ਨੇ ਗੁਲਗੁਲੇ ਭੇਜਿਆ ਮੈਂ ਖੋਲਦਾ ਉਹਨੇ ਲਿਆ ਦਾ ਵਾਰਾ ਵਾ ਉਹ ਭੈਣ ਨੇ ਕੌਲੀਆਂ ਚ ਕੌਣ ਚਾਹ ਪੀਂਦਾ ਬਾਟੀ ਲਿਆਉਂਦਾ ਉਹ ਤੇਰੀ ਭਰਜਾਈ ਨੇ ਸਿਖਾਇਆ ਕਹਿੰਦੀ ਐ ਪੀਆ ਕਰੋ ਉਹ ਭੈਣ ਦਾ ਨਵੀਆਂ ਗੁੱਡੀਆਂ ਨਵੇਂ ਪਟੋਲੇ ਉਹੀ ਗੱਲ ਹੈ ਲੋ ਪਾਉਣਾ ਚੱਲ ਪਾ ਚਾਹ ਜੇ ਸਵਾਦ ਬਣੀ ਹੋ ਚਾਹ ਤਾਂ ਮੈਂ ਪੂਰੀ ਐਨ ਬਣਾਈ ਹੈ ਕੰਡੇ ਆ ਜਿਹੜਾ ਪੂਰੀ ਸਿਰਾ ਲੱਗਦੀ ਹੈ ਮੈਨੂੰ ਹਾਂ ਕੀ ਮੈਂ ਤਾਂ ਯਾਰ ਉਹ ਗੁਲਗੁਲਾ ਗੁਲਗੁਲਾ ਖਾ ਕੇ ਦੇਖ ਗੁਲਗੁਲੇ ਨੇ ਆਹੋ ਇਹਦਾ ਬੁਲਾ ਹੀ ਸਵਾਦ ਰਿਹਾ ਬਣਾ ਯਾਰ ਚੱਲ ਫਿਰ ਅੱਜ ਬਣਵਾਉ ਜਾ ਕੇ ਕੋਈ ਨਾ ਹਾਂ ਬਣਵਾ ਕੇ ਖਾਈ ਬੜਾ ਸਵਾਦ ਨੇ ਨਜ਼ਾਰਾ ਆ ਗਿਆ ਬਣਿਆ ਜੇ ਇੰਨੇ ਹੋਰ ਹੁੰਦੇ ਹੋਰ ਖਾ ਜਾਂਦੇ ਆਪਾਂ ਹਾਂ ਖਾਈ ਦੇ ਸਵਾਦ ਹੀ ਬਹੁਤ ਬਣਾਏ ਸੀ ਇਹ ਬਹੁਤ ਸਵਾਦ ਰਹੇ ਘਰੇ ਜਾ ਕੇ ਖਾ ਲਈ ਬਣਵਾ ਕੇ ਉਤੋਂ ਅੱਜੇ ਬਣਵਾਉਣਾ ਦੇਖਦਾ ਜਾ ਅੱਜੇ ਬਣਾਉ ਕੀ ਕਹਿੰਦੇ ਨੇ ਇਹਨੂੰ ਗੁਲਗੁਲੇ ਗੁਲਗੁਲੇ ਕਹਿੰਦੇ ਆ ਅੱਛਾ ਤੂੰ ਘੁੱਲੇ ਨਾ ਜਾਂਦਾ ਹੁੰਦਾ ਕਰਦਾ ਜਾਈ ਗੁਲਗੁਲੇ ਗੁਲਗੁਲੇ ਮੈਂ ਤਾਂ ਘਰ ਤੱਕ ਗੁਲਗੁਲੇ ਗੁਲਗੁਲੇ ਕਰਦਾ ਜਾਊ ਤਾਂ ਯਾਦ ਰਹੂ ਆ ਮਾਂ ਜੀ ਕੌਲੀ ਜੀ ਮੈਥੋਂ ਨਹੀਂ ਮੰਨਦੀ ਆਂਦੀ ਕੋਈ ਨਾ ਬੜੇ ਭਾਈ ਕੋਈ ਨਾ ਮਾਂ ਜੀ ਨੂੰ ਪੋਣਾ ਲੈ ਜਾ ਕੇ ਵੀ ਖਾਣਾ ਕੰਮ ਤਾਂ ਕੱਲ ਨੂੰ ਦੇਖਾਂਗੇ ਪਹਿਲਾਂ ਅੱਜ ਗੁਲਗੁਲੇ ਹੀ ਖਾਈਏ ਜਾ ਕੇ ਗੁਲਗੁਲੇ ਅੱਜ ਤਾਂ ਗੁਲਗੁਲੇ ਖਾਵਾਂਗੇ ਗੁਲਗੁਲੇ ਆ 20 ਵਾਰੀ ਕਿਹਾ ਚਾਚੇ ਉਹਨਾਂ ਨੂੰ ਉਰੇ ਭੜੋਲੀ ਦਵਾਲੋ ਐਡਾ ਖਾਣ ਟੱਪਣਾ ਕੀ ਸੌਖਾ ਇਹ ਲੈ ਵੀ ਹੰਪੜੇ ਕਿਤੇ ਭੁੱਲ ਵੀ ਨਾ ਜਾਵਾ ਹੰਪੜੇ ਖਾਵਾਂਗੇ ਅੱਜ ਤਾਂ ਹੰਪੜੇ ਅੱਜ ਤਾਂ ਹੰਪੜੇ ਖਾਂਦੇ ਮਸਾ ਨਿਬੜਿਆ ਕੰਮ ਜਾਂ ਤੇ ਸਬਜ਼ੀ ਵੀ ਚੀਰਨੀ ਉਹ ਕੀ ਕਰਦਾ ਹੁੰਦਾ ਹੰਪੜੇ ਕੀ ਹੋ ਗਿਆ ਤੈਨੂੰ ਉਹ ਮੇਰੀ ਗੱਲ ਸੁਣ ਸਬਜ਼ੀ ਕਾਹਦੀ ਬਣਾ ਰਹੀ ਅੱਜ ਆਲੂ ਚੀਰਨ ਲੱਗੀ ਆ ਆਲੂਆਂ ਦੀ ਸਬਜ਼ੀ ਬਣਾਉਣੀ ਆ ਮੇਰੀ ਗੱਲ ਸੁਣ ਲੈ ਆਲੂ ਅੱਜ ਕੋਈ ਨਹੀਂ ਬਣਾਉਣੇ ਅੱਜ ਬਣਨਗੇ ਹੰਪੜੇ ਉਹ ਕੀ ਹੁੰਦਾ ਤੈਨੂੰ ਨਹੀਂ ਪਤਾ ਕੀ ਹੁੰਦਾ ਮੈਨੂੰ ਨਹੀਂ ਪਤਾ ਮੇਰੀ ਗੱਲ ਸੁਣ ਲੈ ਚਲਿੱਤਰ ਜੇ ਨਾ ਕਰ ਅੱਜ ਚੇਅਰਮੈਨਾਂ ਦੇ ਆਮਣੇ ਦੀ ਘਰ ਵਾਲੀਆਂ ਬਣਾ ਕੇ ਭੇਜੇ ਤੇ ਤਾਂ ਬੜਾ ਹੀ ਸਵਾਦ ਹੁੰਦੇ ਨੇ ਬਣਾ ਕੇ ਖਵਾ ਦੇ ਚੁੱਪ ਕਰਕੇ ਜਾ ਕੇ ਆਪਣੇ ਭਰਜਾਈ ਵਾਲੀ ਹੀ ਖਾ ਲਾ ਫਿਰ ਜਾ ਕੇ ਉਹ ਜੇ ਭਰਜਾਈਆਂ ਵਾਲੇ ਖਾਣੇ ਹੁੰਦੇ ਤੈਨੂੰ ਕਾਹਨੂੰ ਲਿਆਉਂਦਾ ਫਿਰ ਬਣਾ ਦੇ ਮੈਨੂੰ ਨਹੀਂ ਪਤਾ ਚੁੱਪ ਕਰਕੇ ਮੈਨੂੰ ਨਹੀਂ ਪਤਾ ਕੀ ਹੁੰਦੇ ਆ ਮੈਨੂੰ ਨਹੀਂ ਪਤਾ ਬਣਾ ਕੇ ਖਵਾ ਹੰਪੜੇ ਉਹ ਮੇਰੀ ਗੱਲ ਸੁਣ ਲਾ ਜੇ ਚੁੱਲ੍ਹੇ ਦੇ ਅੱਜ ਕੁਛ ਬਣੂਗਾ ਤਾਂ ਹੰਪੜੇ ਬਣਨਗੇ ਹੋਰ ਨਾ ਕੁਛ ਧਰ ਲਈ ਨਾਲੇ ਬੱਚੇ ਤੇਰਾ ਚੁੱਲ੍ਹਾ ਭੰਨੂ ਨਾਲੇ ਭੰਨੂ ਤੈਨੂੰ ਹੱਥ ਤਾਂ ਲਾ ਕੇ ਦੇਖ ਮੈਨੂੰ ਨਾ ਹੱਥ ਲਾਉਣ ਨੂੰ ਮੇਰੇ ਸਾਲੇ ਦੀਆਂ ਮੱਲਾਂ ਦੀ ਕੁੜੀਆਂ ਤੂੰ ਗੱਲ ਗੱਲ ਤੇ ਮੇਰੇ ਪੇਕਿਆਂ ਨੂੰ ਬੋਲਣ ਦੀ ਲੋੜ ਨਹੀਂ ਜੇ ਮੱਲਾਂ ਦੀ ਨਹੀਂ ਨਾ ਤਾਂ ਭੁੱਖੇ ਵੀ ਨਹੀਂ ਮਰਦੇ ਮੇਰੀ ਗੱਲ ਸੁਣ ਲੈ ਹੁਣ ਤੂੰ ਮੂਹਰੇ ਲੱਗੀ ਬੋਲਣ ਹੰਪੜੇ ਬਣਾਦੇ ਨਹੀਂ ਅੱਜ ਤੇਰਾ ਇੰਜਣ ਹੋ ਜੂ ਮੈਂ ਨਹੀਂ ਬਣਾਉਂਦੀ ਮੈਂ ਤਾਂ ਐਵੇਂ ਹੀ ਬੋਲੂ ਬੋਲੇਂਗੀ ਕਿਵੇਂ ਮੇਰੇ ਸਾਲੇ ਦੀ ਕੀ ਦਿੰਦਾ ਫਿਰ ਬਣਾ ਦੇ ਨਹੀਂ ਅੱਗੂ ਬਾਅਦ ਚ ਡਾਂਗ ਫਿਰੂ ਮੈਂ ਨਹੀਂ ਬਣਾਉਂਦੀ ਜਦ ਕਰਨਾ ਜੋ ਕਰਨਾ ਮੈਂ ਤੈਨੂੰ ਦੱਸੀ ਇਹਨਾਂ ਮੇਰਾ ਹਰਖ ਬਹੁਤ ਭੈਣਾ ਬਣਾ ਦੇ ਹੁਣ ਤਾਂ ਛੱਡਤੀ
ਰੋਟੀ ਵੀ ਨਹੀਂ ਬਣਾਉਂਦੀ, ਸੋ ਜਾ ਜਾ ਐਵੇਂ ਭੁੱਖਾ। ਬਣਾਉਣ ਦੀ ਮਾਰੀ ਕਹਿਣੀ ਆ, ਪਤਾ ਤੈਨੂੰ ਸਾਰਾ ਕੁਛ ਹੈ, ਇੱਥੇ ਅੰਦਰ ਵੜ ਕੇ ਪਹਿਲਾਂ ਬਾਹਰ ਨਾ ਜੀ, ਅੱਖਾਂ 'ਚ ਰੜਕੀ ਜਾਏਗੀ ਸਾਰੀ ਰਾਤ। ਨੌ ਤਾਂ ਲੈਣਾ ਆਉਂਦਾ, ਇਹਦਾ ਮਤਲਬ ਬਣਾਉਣੇ ਵੀ ਆਉਂਦੇ ਹੋਣੇ। ਕੋਈ ਨਾ, ਜੇ ਹੁਣ ਕੁੱਟੇ ਤੋਂ ਨਹੀਂ ਮੰਨੀ ਨਾ, ਤੜਕੇ ਪਿਆਰ ਨਾਲ ਮਨਾ ਲਾਂਗੇ, ਇਹ ਆਪਦੀ ਭੈਣ ਵਾਲੀ ਖਿੱਚ ਕੱਢਦੀ ਆ। ਗਿੱਚੀ ਪਿੱਛੇ ਮੱਤ ਹੁੰਦੀ ਆ ਲਾਣੇ ਦੀ, ਕੇਰਾਂ ਵਿਚਰ ਜਾਣ ਫੇਰ ਕਾਹਨੂੰ ਲੋਟ ਆਉਂਦੀਆਂ ਨੇ। ਚੱਲ ਤੜਕੇ ਦੇਖ ਰਿਹਾ ਕੀ ਬਣਦਾ। ਮਾੜੀ ਮਾੜੀ ਗੱਲ ਤੇ ਭੜਕੇ ਨੀ ਆ, ਬਹਿ ਜਾ ਬਹਿ ਜਾ ਬਹਿ ਜਾ। ਹਾਂ ਦੱਸ ਕੀ ਕਹਿਣਾ। ਉਹ ਮੇਰੀ ਗੱਲ ਸੁਣ, ਐ ਨੀ ਗੁੱਸੇ ਹੋਈ ਦਾ ਹੁੰਦਾ, ਘਰ ਚ ਦੋ ਭਾਂਡੇ ਹੁੰਦੇ ਨੇ ਖੜਕਦੀ ਹੁੰਦੇ ਨੇ, ਮੈਨੂੰ ਪਤਾ ਤੂੰ ਕਿਹੜੀ ਗੱਲ ਤੋਂ ਹਰਕੀ ਹੋਈ ਆ। ਪਾ ਲੂੰਗਾ, ਮੈਨੂੰ ਪਤਾ ਮੇਰੀ ਸਾਲੀ ਨੇ ਕੁੜਤਾ ਪਜਾਮਾ ਭੇਜਿਆ, ਮੈਂ ਪਾ ਲੂ। ਉਹ ਤੈਨੂੰ ਪਤਾ ਮੈਨੂੰ ਨਾ ਉਹ ਬੰਨਣਾ ਨਹੀਂ, ਉਹਦਾ ਨਾਲਾ ਮੈਂ ਸਿੱਖ ਲੂ। ਹੁਣ ਕੀ ਫਾਇਦਾ, ਹੁਣ ਤਾਂ ਨਾਲਾ ਵੀ ਵੱਢ ਲਿਆ ਉਹਦਾ। ਉਹ ਨਾਲਾ ਨਵਾਂ ਪਵਾ ਲਾਂਗੇ, ਨਾਲਾ ਕੀ ਬੀਕਾ ਨਾ ਲਿਆਉਣਾ, ਨਾਲਾ ਨਵਾਂ ਪਾ ਦੀ ਨੂੰ। ਉਹ ਚੱਲ ਕੋਈ ਗੱਲ ਨੀ, ਗੁੱਸਾ ਨਾ ਕਰ, ਮੇਰੀ ਗੱਲ ਸੁਣ, ਮੈਨੂੰ ਪਤਾ ਮੈਂ ਪਾ ਲੂੰਗਾ, ਮੈਂ ਔਖਾ ਹੋ ਕੇ ਪਾ ਲੂ ਕੁੜਤਾ ਪਜਾਮਾ, ਤਾਂ ਹੁਣ ਮੈਂ ਪਾਊ ਏ ਜਦੋਂ ਮੇਰੀ ਸਾਲੀ ਨੇ ਭੇਜ ਦਿੱਤਾ। ਠੀਕ ਆ, ਮੈਨੂੰ ਨਾਲਾ ਜਾ ਬੰਨਣਾ ਸਿਖਾ ਦੀ ਨੂੰ। ਚੱਲ ਮੇਰੀ ਗੱਲ ਸੁਣਾ ਕਰ, ਤੂੰ ਹੁਣ ਚਾਹ ਤਾਂ ਬਣਾਏ ਰਹੀ ਆ, ਨਾਲ ਹੰਪੜੇ ਬਣਾ ਲਾ। ਉਹ ਤਾਂ ਫੇਰ ਆ ਗਿਆ ਰਾਤ ਵਾਲੀਆਂ ਗੱਲਾਂ ਤੇ, ਜਦ ਤੈਨੂੰ ਇੱਕ ਵਾਰੀ ਕਹਿਤਾ ਵੀ ਮੈਨੂੰ ਨਹੀਂ ਆਉਂਦਾ ਨਹੀਂ ਆਉਂਦਾ ਨਹੀਂ ਆਉਂਦਾ, ਤੂੰ ਸੁਣਦਾ ਹੀ ਨਹੀਂ। ਉਹ ਤੈਨੂੰ ਜਦੋਂ ਕੇਰਾ ਕਹਿਤਾ ਪਾ ਲੂੰਗਾ ਕੁੜਤਾ ਪਜਾਮਾ, ਹੁਣ ਤੇਰੇ ਮੂਹਰੇ ਖੜਜਾ ਪਾ ਕੇ। ਅੱਗ ਲੱਗੇ ਤੇਰਾ ਕੁੜਤਾ ਪਜਾਮਾ, ਅੱਗ ਲੱਗੇ ਤੇਰਾ ਆਹ, ਉਹਦੇ ਕੱਪੜ ਬਣਾ ਲਈ। ਮੇਰੇ ਸਾਲ ਦੀ ਜਮੀ ਨੀ ਉਹ ਦੇਖ ਡਰਦੀ। ਕਾਣੂ ਚਾਚਾ ਕੱਲ ਮੈਂ ਗਿਆ ਸੀ ਖੇਤ, ਮੈਨੂੰ ਚੇਅਰਮੈਨਾਂ ਦੇ ਆਮਣੇ ਨੇ ਖਵਾ ਤੇ ਗੁਲਗੁਲੇ ਚਾਹ ਨਾਲ ਉੱਥੇ। ਅੱਛਾ, ਆਉਂਦੇ ਆਉਂਦੇ ਮੈਂ ਟੱਪਿਆ ਸੂਏ ਵਾਲਾ ਖਾਲ, ਉੱਥੇ ਮੈਨੂੰ ਤਾਂ ਹੰਪੜੇ ਚੜ ਗਿਆ ਮੇਰੇ ਮੂੰਹ ਤੇ। ਤੈਨੂੰ ਪਤਾ ਮੈਨੂੰ ਆਦਤ ਭੁੱਲਣ ਦੀ, ਮੈਂ ਇਹਨੂੰ ਆ ਕੇ ਕਹੀਆਂ ਮੈਨੂੰ ਤਾਂ ਹੰਪੜੇ ਬਣਾ ਕੇ ਖਵਾ ਹੰਪੜੇ, ਹੁਣ ਜਦੋਂ ਹੰਪੜੇ ਹੁੰਦੇ ਹੀ ਨੀ ਕੁਛ ਬਣਾ ਕੇ ਕੀ ਖਵਾਵੇ, ਤਾਂ ਸਾਡੀ ਲੜਾਈ ਪੈ ਗਈ ਤੇ ਤਾਂ ਕੁੱਟੀ ਗਈ ਮੈਥੋਂ ਤਾਂ। ਨਹੀਂ ਚਾਚਾ, ਸਾਡਾ ਤਾਂ ਪਿਆਰ ਏ ਬਥੇਰਾ, ਤੈ ਅੱਗੇ ਕਦੇ ਦੇਖਿਆ ਲੜਦੇ? ਉਹ ਚੱਲ ਚੰਗਾ ਹੱਸਦੇ ਖੇਡਦੇ ਰਿਹਾ ਕਰੋ। ਠੀਕ ਆ ਠੀਕ ਆ, ਚੱਲ ਭਾਗਵਾਨ ਰੋਟੀ ਤਾਂ ਬਣਾ ਕੇ ਖਵਾ ਦੇ, ਢਿੱਡ ਕੁੰਗੜਾ ਪਿਆ। ਉਹ ਚੱਲ ਦੁਪਹਿਰੇ ਬਣਾ ਕੇ ਖਵਾ ਦੀ ਗੁਲਗੁਲੇ, ਚਾਹ ਨਾਲ ਬਣਾਈ ਉਹਦਾ ਬਾਹਲੇ ਸਵਾਲ ਲੱਗਦੇ ਨੇ। ਜੇ ਗੁਲਗੁਲੇ ਖਾਣੇ ਸੀ ਤਾਂ ਮੈਨੂੰ ਕੱਲ ਦੇ ਹੀ ਕਹਿ ਦਿੰਦੇ, ਮੈਂ ਕਰਦੇ ਬਣਾ ਕੇ ਖਿਲਾ ਦਿੰਦੀ। ਉਹ ਤੈਨੂੰ ਪਤਾ ਤਾਂ ਹੈਗਾ ਹੁਣ ਮੈਂ ਭੁੱਲਣ, ਮੇਰੀ ਆਦਤ ਆ ਮੈਂ ਭੁੱਲ ਜਾਂਦਾ, ਜੇ ਮੈਨੂੰ ਇੰਨਾ ਹੁੰਦਾ ਮੈਂ ਉੱਥੋਂ ਦੱਸ ਤੈਨੂੰ ਕਿਉਂ ਕੁੱਟਦਾ ਯਾਰ। ਸ਼ੁਕਰ ਆ ਰਾਣਾ ਚਾਚਾ ਆ ਗਿਆ, ਨਹੀਂ ਤਾਂ ਮੈਨੂੰ ਤੁਸੀਂ ਪਤਾ ਨਹੀਂ ਕਿੰਨੇ ਕੁ ਦਿਨ ਕੁੱਟਣਾ ਸੀ। ਓਏ ਮੈਂ ਕਮਲਾ, ਉਹ ਤਾਂ ਮੈਨੂੰ ਹਰਖ ਚੜ ਗਿਆ, ਤੈਨੂੰ ਪਤਾ ਸਿਉਣੇ ਵਰਗੀ ਜਨਾਨੀ ਕੁੱਟਣ ਨੂੰ ਕਿਹਦਾ ਜੀ ਕਰਦਾ। ਚੱਲ ਬਣਾ ਬਣਾ ਰੋਟੀ ਬਣਾ ਬਣਾ ਲਾ, ਨਹੀਂ ਫਿਰ ਮੈਂ ਨਾਲ ਬਣਵਾ ਦਿੰਦਾ। ਬਹਿ ਜਾ ਮੈਂ ਆਪੇ ਬਣਾ ਲੈਣੀ ਆ ਰੋਟੀ। ਓ ਚੱਲ ਕੋਈ ਨਾ, ਹਰਖਿਆ ਨਾ ਕਰ, ਬਣਾ ਲਾ ਰੋਟੀ, ਫਿਰ ਮੈਂ ਖੇਤ ਜਾਇਓ। ਉਹ ਬਾ ਉਹ ਰਾਣਾ ਚਾਚਾ ਬਚਾ ਲੇ ਤੈ ਤਾਂ, ਨਹੀਂ ਆ ਗੁਲਗੁਲੇ ਵਾਲੀ ਗੱਲ ਨੇ ਤਾਂ ਘਰੇ ਪੱਟਤਾ ਦੀ। ਮੈਂ ਤਾਂ ਹੁਣ ਜਾਨਾ ਦਵਾਈ ਲੈ ਕੇ ਆਉਣਾ, ਨਹੀਂ ਕੱਲ ਨੂੰ ਜੇ ਦੋ ਜਵਾਕ ਸਿੱਟ ਕੇ ਭੱਜ ਗਈ ਤੇਰਾ ਕੀ ਬਣੂ। ਹਾਂ ਵੀ ਯਾਰਾ ਬੇਲੀਆਂ ਨੂੰ ਸਤਿ ਸ੍ਰੀ ਅਕਾਲ, ਤੇ ਸਾਰਿਆਂ ਨੇ ਇੱਕ ਵਾਰ ਕਮੈਂਟ ਕਰਕੇ ਜਰੂਰ ਦੱਸੋ ਸਾਡੀ ਵੀਡੀਓ ਕਿਵੇਂ ਲੱਗੀ, ਤੇ ਬਾਕੀ ਆਉਣ ਵਾਲੀਆਂ ਵੀਡੀਓ ਲਈ ਬਹੁਤ ਸਾਡੀਆਂ ਤੱਤ ਵੀਡੀਓ ਆਉਣਗੀਆਂ। ਆਉਣ ਵਾਲੀ ਵੀਡੀਓ ਲਈ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਸੈਲੀ ਵਿਦੇਸਾ ਸਾਰੇ ਜਾਣੇ, ਤੇ ਬੈਲ ਉਹ ਕੀ ਹੁੰਦਾ ਸੈਲੀ, ਮੈਨੂੰ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦੇ ਬਾਈ। ਹਾਂ, ਤਾਂ ਕਰਕੇ ਜੋ ਆਉਣ ਵਾਲੀ ਵੀਡੀਓ ਲਈ ਤੁਹਾਨੂੰ ਉਹ ਬੈਲ ਵੱਜੇ, ਤੁਹਾਨੂੰ ਪਤਾ ਲੱਗ ਜੇ ਨੋਟੀਫਿਕੇਸ਼ਨ ਪਹਿਲਾਂ ਆ ਜੇ, ਤੁਸੀਂ ਦੇਖ ਸਕੋ। ਹੁਣ ਬਾਬੇ ਆਉਣ ਵਾਲੇ ਪ੍ਰੋਜੈਕਟ ਸਾਡੇ ਵੱਡੇ ਹੋਣਗੇ ਤੇ ਬਹੁਤ ਹੀ ਅੱਤ ਹੋਣਗੇ, ਜਿਹੜੀ 20-20 ਮਿੰਟਾਂ ਦੇ 40-40 ਮਿੰਟ ਦੇ ਫਿਲਮਾਂ ਲੈ ਕੇ ਆਵਾਂਗੇ ਹੁਣ। ਜੈ ਹਿੰਦ।